ਮੋਗੇ ਤੋਂ ਬਰਨਾਲਾ ਜਾਂਦਿਆਂ ਜੇ ਤੁਹਾਡੀ ਨਜ਼ਰ ਹਾਲੇ ਤੱਕ ਕਲਾ ਦੀ ਬਾਤ ਪਾਉਂਦੇ ਪਿੰਡ ਰਾਮਗੜ੍ਹ 'ਤੇ ਨਹੀਂ ਪਈ ਤਾਂ ਅਗਲੀ ਵਾਰ ਇਸ ਰਾਹ ਤੋਂ ਜਾਂਦਿਆਂ ਮੁੱਖ ਮਾਰਗ 'ਤੇ ਬਣੇ ਇਸ ਪਿੰਡ 'ਤੇ ਬ੍ਰੇਕ ਜ਼ਰੂਰ ਲਗਾਇਓ। ਪਿੰਡ ਵਿੱਚ ਦਾਖਲ ਹੁੰਦਿਆਂ ਹੀ ਤੁਹਾਨੂੰ ਇਹ ਆਰਟ ਗੈਲਰੀ ਮਿਲੇਗੀ, ਜਿਸ ਵਿੱਚ ਗੁਲਾਬ ਕੌਰ, ਸੰਤ ਰਾਮ ਉਦਾਸੀ, ਭਗਤ ਸਿੰਘ, ਬਾਬਾ ਬੁੱਲੇ ਸ਼ਾਹ ਅਤੇ ਪਾਕਿਸਤਾਨ ਦੇ ਸ਼ਾਇਰ ਬਾਬਾ ਨਜ਼ਮੀ ਤੋਂ ਇਲਾਵਾ ਕਈ ਨਾਮੀ ਹਸਤੀਆਂ ਦੇ ਬਿਹਤਰੀਨ ਬੁੱਤ ਮਿਲਣਗੇ। ਇਸੇ ਆਰਟ ਗੈਲਰੀ ਕਰਕੇ ਇਸ ਪਿੰਡ ਦੀ ਪਛਾਣ ਵੱਖਰੀ ਹੈ। ਇਸ ਆਰਟ ਗੈਲਰੀ ਦੇ ਵਿੱਚ ਲੱਗੇ ਬੁੱਤਾਂ ਨੂੰ ਪਿੰਡ ਦੇ ਹੀ ਜਨਕ ਸਿੰਘ ਰਾਮਗੜ੍ਹ ਨੇ ਤਿਆਰ ਕੀਤਾ ਹੈ। ਫਾਈਨ ਆਰਟਸ ਵਿੱਚ ਪੋਸਟ ਗ੍ਰੈਜੂਏਟ ਜਨਕ ਆਪਣੀ ਕਲਾ ਅਤੇ ਸਫ਼ਰ ਬਾਰੇ ਦੱਸ ਰਹੇ ਨੇ। ਪਿੰਡ 'ਚ ਬੁੱਤ ਬਣਾਉਣ ਦਾ ਫੁਰਨਾ ਜੀ ਕਾਲਜ ਟਾਈਮ ਤੋਂ ਹੀ ਸੀਗਾ ਮੇਰੇ ਮਨ 'ਚ। ਆਰਟ ਹਿਸਟਰੀ ਪੜ੍ਹੀ, ਉਹਦੇ 'ਚ ਇਹੋ ਜਿਹੇ ਆਰਟਿਸਟਾਂ ਬਾਰੇ ਪੜ੍ਹਿਆ ਜਿਹੜੇ ਲੋਕ ਪੱਖੀ ਸੀਗੇ, ਇੱਦਾਂ ਦੇ ਕੰਮ ਕਰਦੇ ਸੀ ਜਿਹੜੇ ਸਮਾਜ ਦੇ ਕੰਮ ਆਉਣ। ਔਰ ਬਾਕੀ ਮੈਂ ਪੜ੍ਹਿਆ ਸੀ ਸੁੰਦਰਤਾ ਅਤੇ ਆਰਟ ਉਹੀ ਅੱਛੀ ਹੁੰਦੀ ਹੈ ਜਿਹੜੀ ਲੋਕਾਂ ਦੇ ਕੰਮ ਆਵੇ, ਤਾਂ ਇਹ ਮੇਰਾ ਸ਼ੁਰੂ ਤੋਂ ਹੀ ਸੀਗਾ ਇਹੋ ਜਿਹਾ। ਜਿਹੜੇ ਮੇਰੇ ਮਾਡਲ ਆ ਉਹ ਵੀ ਜਿਹੜੇ ਮਜ਼ਦੂਰ ਹੁੰਦੇ ਸੀ ਉੱਥੋਂ ਦੇ, ਰਿਕਸ਼ਾ ਬੋਲਰ ਜਾਂ ਜਿਹੜੇ ਰਿਕਸ਼ਾ ਚਲਾਉਣ ਵਾਲੇ ਸੀਗੇ ਜਾਂ ਜਿਹੜੇ ਫਰੂਟ ਵੇਚਦੇ ਸੀ ਰੇਹੜੀਆਂ 'ਤੇ ਖੜ ਕੇ, ਇਹੋ ਜਿਹੇ ਮਾਡਲ ਹੁੰਦੇ ਸੀ। ਮੇਰੀ ਤਿਆਰੀ ਉਹਨਾਂ ਦੀ ਹੋਈ ਹੈ ਜੀ। ਜਿਹੜੇ ਲੋਕਾਂ ਦੇ ਆਈਡੀਅਲ ਆ ਉਹ ਬਦਲ ਰਹੇ ਆ, ਖਾਸ ਕਰ ਬੱਚਿਆਂ 'ਚ। ਜਦੋਂ ਅਸੀਂ ਬਣਾਉਂਦੇ ਸੀ ਉਦੋਂ ਹੀ ਬੱਚੇ ਵੀ ਬਹੁਤ ਜ਼ਿਆਦਾ ਕਮੈਂਟ ਇੱਦਾਂ ਦੇ ਕਰਦੇ ਸੀ ਵੀ ਉਹ ਨਹੀਂ ਬਣਾਇਆ, ਉਹ ਨਹੀਂ ਬਣਾਇਆ। ਜਿਹੋ ਜਿਹੀ ਛਵੀ ਹੁਣ ਕਲਾਕਾਰਾਂ ਨੇ ਬਣਾਈ ਹੋਈ ਆਪਦੀ ਬੱਚਿਆਂ ਦੇ ਦਿਲਾਂ 'ਚ, ਉਹ ਜਿਹਾ ਹੀ ਸੋਚਦੇ ਆ ਲੋਕ। ਅਤੇ ਜੇ ਅਸੀਂ ਅੱਛੇ ਸਮਾਜ ਦੀ, ਚੰਗੇ ਸਮਾਜ ਦੀ ਕਾਮਨਾ ਕਰਦੇ ਹਾਂ ਤਾਂ ਉਹਦੇ ਪੈਰਲਰ ਸਾਨੂੰ ਕੁਛ ਵਧੀਆ ਕਰਨਾ ਪਊਗਾ। ਇਹੀ ਸੋਚ ਕੇ ਮੈਨੂੰ ਲੱਗਿਆ ਕਿਉਂ ਨਾ ਇਹੋ ਜਿਹੇ ਲੋਕਾਂ ਦੇ ਬੁੱਤ ਬਣਾਏ ਜਾਣ। ਔਰ ਬਾਕੀ ਜਿਹੜੇ ਕਲਾਕਾਰ ਅਤੇ ਲੇਖਕ ਹੁੰਦੇ ਆ ਉਹ ਸਾਰੇ ਦੇਸ਼ਾਂ ਦੇ ਸਾਂਝੇ ਹੁੰਦੇ ਆ, ਤਾਂ ਇਸ ਕਰਕੇ ਮੈਂ ਇੱਥੇ ਕੋਈ ਇੱਦਾਂ ਦਾ ਪੱਖਪਾਤ ਨਹੀਂ ਰੱਖਿਆ ਵੀ ਸਿਰਫ ਆਪਦੇ ਦੇਸ਼ ਦਾ ਆਪਦੇ ਪਿੰਡ ਲਈ ਕੋਈ ਬਣਾਇਆ ਜਾਵੇ। ਜ਼ਿੰਦਗੀ ਦੇ ਵੱਖ ਵੱਖ ਖੇਤਰਾਂ ਦੀਆਂ ਹਸਤੀਆਂ ਦੇ ਇਹ ਬੁੱਤ ਕਈਆਂ ਲਈ ਪ੍ਰੇਰਣਾ ਨੇ। ਬੁੱਤ ਸਾਜ਼ੀ ਕਰਨ ਵਾਲੇ ਜਨਕ ਮੁਤਾਬਕ ਕਲਾ ਲੋਕਾਂ ਲਈ ਸੰਕਲਪ ਉਹਨਾਂ ਨੇ ਨਾਟਕਕਾਰ ਗੁਰਸ਼ਰਨ ਸਿੰਘ ਤੋਂ ਹੀ ਸਿੱਖਿਆ। ਪਿੰਡ ਵਿੱਚ ਲਗਾਏ ਗਏ ਇਹਨਾਂ ਬੁੱਤਾਂ ਨੂੰ ਪੱਕੇ ਤੌਰ 'ਤੇ ਪਿੰਡ ਲਈ ਹੀ ਬਣਾਇਆ ਗਿਆ, ਹਾਲਾਂਕਿ ਜਨਕ ਬੁੱਤ ਸਾਜ਼ੀ ਦਾ ਕੰਮ ਆਪਣੀ ਰੋਜ਼ੀ ਰੋਟੀ ਲਈ ਵੀ ਕਰਦੇ ਨੇ। ਸ਼ੌਂਕ ਤਾਂ ਹੈਗਾ ਹੀ ਆ, ਉਹ ਤਾਂ ਬਚਪਨ ਤੋਂ ਹੀ ਆ, ਹੈ ਨਾ। ਬਚਪਨ ਤਾਂ ਕੋਈ ਬੱਚਾ ਸੋਚਦਾ ਹੀ ਨਹੀਂ ਵੀ ਇਹ ਕੋਈ ਰੁਜ਼ਗਾਰ ਦਾ ਸਾਧਨ ਹੋਊਗਾ, ਪਰ ਹੁਣ ਅੱਗੇ ਜਾ ਕੇ ਹੌਲੀ ਹੌਲੀ ਜਦੋਂ ਮੈਂ ਆਰਟ ਕਾਲਜ ਗਿਆ ਉਹ ਤੋਂ ਬਾਅਦ ਫਿਰ ਮੈਨੂੰ ਰੁਜ਼ਗਾਰ ਦਾ ਸਾਧਨ ਵੀ ਨਾਲ ਨਾਲ ਬਣਾਉਣਾ ਪਿਆ। ਰੁਜ਼ਗਾਰ ਦੇ ਸਾਧਨ ਲਈ ਮੇਰੇ ਕੋਲ ਛੋਟੇ ਮੋਟੇ ਪ੍ਰੋਜੈਕਟ ਇੱਦਾਂ ਦੇ ਆਉਂਦੇ ਰਹਿੰਦੇ ਆ ਜਿਹੜੇ ਮੈਂ ਕਰਦਾ ਰਹਿੰਦਾ ਅਕਸਰ ਹੀ, ਕਾਫੀ ਜਗ੍ਹਾਵਾਂ 'ਤੇ ਮੇਰਾ ਕੰਮ ਲੱਗਿਆ ਹੋਇਆ ਗਾ। ਜਿਸ ਵੀ ਕਿਸੇ ਸ਼ਖਸੀਅਤ ਦਾ ਬੁੱਤ ਇਸ ਆਰਟ ਗੈਲਰੀ ਵਿੱਚ ਲਗਾਇਆ ਗਿਆ ਹੈ ਉਸ ਦੇ ਨਾਲ ਹੀ ਉਹਨਾਂ ਦੇ ਵਿਚਾਰਾਂ ਨੂੰ ਵੀ ਪੇਸ਼ ਕੀਤਾ ਗਿਆ। ਇਸ ਪਿੱਛੇ ਮਕਸਦ ਨੌਜਵਾਨਾਂ ਨੂੰ ਉਸ ਸ਼ਖਸੀਅਤ ਦੇ ਵਿਚਾਰਾਂ ਦੇ ਰੂਬਰੂ ਕਰਨਾ ਹੈ, ਤੇ ਇਸੇ ਗੱਲ ਦੀ ਗਵਾਹੀ ਪਿੰਡ ਵਾਸੀ ਵੀ ਭਰਦੇ ਨੇ। ਸਵਿਤਰੀ ਬਾਈ ਫੂਲੇ ਜੀ ਜਿਹੜੀ ਪਹਿਲੀ ਮਹਿਲਾ ਅਧਿਆਪਕ ਨੇ, ਉਹਨਾਂ ਦਾ ਵੀ ਬੁੱਤ ਲੱਗਿਆ ਹੋਇਆ। ਅਸੀਂ ਬੱਚਿਆਂ ਨੂੰ ਉੱਥੇ ਵਿਜਿਟ ਕਰਵਾਇਆ, ਆਪਣੇ ਸਾਰੇ ਸਟੂਡੈਂਟਸ ਨੂੰ ਲੈ ਕੇ ਗਏ ਹਾਂ। ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹਨਾਂ ਇਹ ਬੁੱਤ ਕਿੰਨਾ ਦੇ ਨੇ, ਉਹਨਾਂ ਨੂੰ ਉੱਥੇ ਦੱਸਿਆ ਗਿਆ ਤਾਂ ਉਹਨਾਂ ਨੇ ਦੇਖ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਹੈਗੇ ਕੌਣ ਨੇ ਅਤੇ ਇਹਨਾਂ ਨੇ ਸਾਡੇ ਦੇਸ਼ ਲਈ ਕੀ ਕੰਮ ਕੀਤੇ, ਸਾਡੇ ਸਮਾਜ ਨੂੰ ਕੀ ਇਹਨਾਂ ਦੀ ਦੇਣ ਸੀ। ਇੱਕੋ ਇੱਕ ਪਹਿਲਾ ਹੀ ਪਿੰਡ ਆ ਬਰਨਾਲੇ ਜ਼ਿਲ੍ਹੇ ਦਾ ਜਿਨ੍ਹਾਂ ਨੇ ਇੱਕ ਵੱਖਰਾ ਇਤਿਹਾਸ ਸਿਰਜਤਾ, ਜਿੱਥੇ ਇਹਨਾਂ ਨੇ ਉਹਨਾਂ ਮਹਾਨ ਵਿਅਕਤੀਆਂ ਦੇ ਬੁੱਤ ਲਗਾਏ ਨੇ ਜਿੱਥੋਂ ਬੱਚਿਆਂ ਨੂੰ ਕੁਛ ਸਿੱਖਣ ਨੂੰ ਮਿਲਦਾ। ਇਸ ਨਾਲ ਸਾਡੀ ਜਿਹੜੀ ਹੋਂਦ ਹੈ, ਜਿਹੜੀ ਸਾਡੀ ਬੈਕ ਹੈ, ਉਹ ਸਾਰੇ ਬੱਚਿਆਂ ਨੂੰ ਪਤਾ ਲੱਗਦੀ ਹੈ। ਹੁਣ ਦੇ ਬੱਚਿਆਂ ਨੂੰ, ਬੱਚੇ ਸਾਨੂੰ ਪੁੱਛਦੇ ਆ ਕਿ ਜਦੋਂ ਬੱਚੇ ਕਹਿੰਦੇ ਆ ਵੀ ਇਹ ਕੌਣ ਹੈ, ਸਕਲਪਚਰਸ ਦੇਖਦੇ ਆ ਕਿ ਕਹਿੰਦੇ ਇਹ ਕੌਣ ਹੈ, ਇਹ ਕੌਣ ਹੈ, ਤਾਂ ਬੱਚਿਆਂ ਨੂੰ ਗਿਆਨ ਮਿਲਦਾ ਕਿ ਸਾਡਾ ਇਤਿਹਾਸ ਕੀ ਹੈ, ਸਾਡੀ ਬੈਕ ਕੀ ਹੈ। ਜਿਵੇਂ ਬੀਬੀ ਗਦਰੀ ਗੁਲਾਬ ਕੌਰ ਜੀ ਨੇ, ਅਤੇ ਜਿਵੇਂ ਲਾਲ ਸਿੰਘ ਦਿਲ ਨੇ, ਇਨਕਲਾਬੀ ਸ਼ਾਇਰ ਨੇ, ਨਜ਼ਮੀ ਜੀ ਨੇ, ਤਾਂ ਸਾਡੇ ਦੋਵਾਂ ਦੇਸ਼ਾਂ ਦੀ ਇੱਕ ਸਾਂਝ ਵੀ ਵੱਧਦੀ ਹੈ। ਇਸ ਆਰਟ ਗੈਲਰੀ ਨੂੰ ਪੂਰੇ ਪਿੰਡ ਵੱਲੋਂ ਸਾਂਝੇ ਰੂਪ ਵਿੱਚ ਤਿਆਰ ਕੀਤਾ ਗਿਆ। ਗੈਲਰੀ ਲਈ ਜਗ੍ਹਾ ਪੰਚਾਇਤ ਨੇ ਮੁਹੱਈਆ ਕਰਵਾਈ। ਬੁੱਤਾਂ ਨੂੰ ਬਣਾਉਣ ਲਈ ਆਉਣ ਵਾਲਾ ਖਰਚਾ ਪਿੰਡ ਵਾਸੀਆਂ ਅਤੇ ਐਨਆਰਆਈਜ਼ ਨੇ ਮਿਲ ਕੇ ਚੁੱਕਿਆ। ਜਦੋਂ ਸਾਡੀ ਪੰਚਾਇਤ ਬਣੀ ਹੈ 2019 ਦੀ ਜਨਵਰੀ 'ਚ, ਮਤਲਬ ਸਹੁੰ ਚੁੱਕ ਸਮਾਗਮ ਹੋਇਆ ਸੀ, ਉਦੋਂ ਅਸੀਂ ਇੱਕ ਮੀਟਿੰਗ ਕੀਤੀ ਸੀ ਸਾਰੀ ਪੰਚਾਇਤ ਨੇ, ਪਿੰਡ ਦੇ ਵੀ ਉਹ ਤੋਂ ਬਾਅਦ ਬੰਦੇ ਨਾਲ ਲਏ ਸੀ। ਤਾਂ ਉਦੋਂ ਇਹ ਵਿਚਾਰ ਹੋਈ ਸੀ ਵੀ ਸਾਰੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦਾ ਕੰਮ ਤਾਂ ਤਕਰੀਬਨ ਆਪਾਂ ਕਿਸੇ ਪਿੰਡ ਵੀ ਦੇਖ ਲਓ ਪਿਛਲੇ 70 ਸਾਲਾਂ ਤੋਂ ਚੱਲੀ ਜਾ ਰਿਹਾ, ਵੀ ਕਿਉਂ ਨਾ ਕੋਈ ਇੱਕ ਇਹੋ ਜਿਹਾ ਹਟ ਕੇ ਕੰਮ ਕਰੀਏ ਜਿਹੜਾ ਵੱਖਰੀ ਕਿਸਮ ਦਾ ਹੋਵੇ। ਇਹਦੇ ਵਿੱਚ ਜੀ ਸਾਡੀ ਜਿਹੜੀ ਜਗ੍ਹਾ ਸੀ, ਇਹ ਪੰਚਾਇਤ ਦੀ ਜਗ੍ਹਾ ਸੀ, ਇਹ ਇੱਥੇ ਰੂੜੀਆਂ ਲੱਗੀਆਂ ਹੋਈਆਂ ਸੀ, ਬੇਕਾਰ ਬਣੀ ਹੋਈ ਸੀ ਖੰਡਰ ਦੀ ਤਰ੍ਹਾਂ। ਉਹ ਇਹਨੂੰ ਅਸੀਂ ਫਿਰ ਚੰਗੀ ਤਰ੍ਹਾਂ ਸਾਫ਼ ਕਰਕੇ, ਉਦੋਂ ਬਾਅਦ ਇਹਦੇ ਮਤਲਬ ਚਾਰ ਦੀਵਾਰੀ ਕਰਕੇ, ਇਹਦੇ ਵਿੱਚ ਇੰਟਰਲੋਕ ਵਗੈਰਾ ਲਾ ਕੇ ਤਿਆਰ ਕੀਤਾ। ਇਹ ਪੰਚਾਇਤ ਦੀ ਜਗ੍ਹਾ ਅਸੀਂ ਮਤਾ ਪਾ ਕੇ ਇਹ ਆਰਟ ਗੈਲਰੀ ਨੂੰ ਦਿੱਤੀ, ਅਤੇ ਬਾਕੀ ਜੋ ਵੀ ਸਾਨੂੰ ਫੰਡ ਸੀ, ਕੋਈ ਲੋੜ ਸੀ ਇੱਥੇ, ਉਹ ਅਸੀਂ ਪੰਚਾਇਤ 'ਚੋਂ ਵੀ ਲਾਏ। ਬਾਕੀ ਫਿਰ ਸਾਨੂੰ NRI ਸੀ ਜਿੰਨੇ ਬਾਹਰ, ਉਹਨਾਂ ਦਾ ਵੀ ਬਹੁਤ ਸਹਿਯੋਗ ਸੀ।
ਸਾਰੇ ਕੰਮ ਲਈ।